ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੋਰ ਕੀ ਹਾਲ ਸਾਰਿਆਂ ਦਾ ਉਮੀਦ ਸਭ ਚੜ੍ਹਦੀ ਕਲਾ 'ਚ ਹੋਣਗੇ ਆਪਦੇ ਆਪਦੇ ਕਮਾਕਾਰਾਂ 'ਚ ਰੁੱਝੇ ਹੋਣਗੇ ਤੇ ਵਧੀਆ ਹੋਣਗੇ ਸਾਰੇ ਤੇ ਆਪਾਂ ਵੀ ਇੱਥੇ ਨਾਰਵੇਜ ਹੁਣ ਠੰਡ ਥੋੜੀ ਜਿਹੀ ਹੋ ਗਈ ਸ਼ੁਰੂ ਸਵੇਰੇ ਸਵੇਰੇ 7 ਵਜੇ ਘਰੋਂ ਨਿਕਲੀਦਾ ਵਾ ਤੇ ਠੰਡ -4 -5 ਡਿਗਰੀ ਨਾਰਵੇਜ 'ਚ ਹੋਣਾ ਸ਼ੁਰੂ ਹੋ ਗਿਆ ਵਾ ਤੇ ਪੋਲੈਂਡ ਦੇ ਵਿੱਚ ਅੱਲੇ 20 ਡਿਗਰੀ ਆ 15 ਤੋਂ 20 ਡਿਗਰੀ ਦੇ ਵਿੱਚ ਵਿੱਚ ਪੋਲੈਂਡ 'ਚ ਚੱਲਦਾ ਪਿਆ ਨਾਰਵੇਆ ਸਕੈਂਡਾਵੀਆ ਸਕੈਂਡਾਵੀਆ ਵਿੱਚ ਠੰਡ ਛੇਤੀ ਪੈਣ ਲੱਗ ਪੈਂਦੀ ਆ ਤੇ ਆਪਾਂ ਅੱਜ ਗੱਲ ਕਰਦੇ ਆਂ ਇੰਡੀਆ ਦੇ ਲਾਇਸੈਂਸ ਦੀ ਇੰਡੀਆ ਦਾ ਵਾਹਨ ਲਾਇਸੈਂਸ ਦੀ ਮੈਂ ਅੱਗੇ ਵੀਡੀਓ ਬਣਾਈਆਂ ਹੋਈਆਂ ਹਨ ਤੇ ਥੋੜੀ ਜਿਹਾ ਆਪਾਂ ਗੱਲ ਕਰਾਂਗੇ ਪਾਕਿਸਤਾਨ ਦੇ ਲਾਇਸੈਂਸ ਦੀ ਤੇ ਗੱਲ ਕਰਾਂਗੇ ਆਪਾਂ ਪੋਲੈਂਡ ਦੇ ਵਿੱਚ ਕਿਉਂਕਿ ਲਾਤਵੀਆ 'ਚ ਵੀ ਚਲੋ ਮੁੰਡੇ ਆਉਂਦੇ ਪਏ ਨੇ ਇਸਥੋਨੀਆ 'ਚ ਵੀ ਆਉਂਦੇ ਰੋਮਾਨੀਆ 'ਚ ਵੀ ਆਉਂਦੇ ਪਏ ਨੇ ਹਨਾ ਤੇ ਆਪਾਂ ਮੇਨਲੀ ਗੱਲ ਪੋਲੈਂਡ ਦੀ ਕਰਾਂਗੇ ਕਿਉਂਕਿ ਮੈਂ ਪੋਲੈਂਡ ਦੇ ਵਿੱਚ ਆਇਆ ਸੀ ਦੇ ਪੋਲੈਂਡ ਦੇ ਵਿੱਚ ਲਾਇਸੈਂਸ ਦਾ ਕੀ ਪ੍ਰੋਸੀਜਰ ਹੈਗਾ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਤੇ ਪਾਕਿਸਤਾਨ ਦੇ ਲਾਇਸੈਂਸ ਦੀ ਥੋੜੀ ਜੀ ਗੱਲ ਕਰਾਂਗੇ ਤੇ ਥੋੜੀ ਜੀ ਗੱਲ ਕਰਾਂਗੇ ਆਪਾਂ ਇੰਟਰਨੈਸ਼ਨਲ ਲਾਇਸੈਂਸ ਬਾਰੇ ਅ ਇਹਨਾਂ ਦਾ ਇੱਕ ਹੈ ਵੀ ਜਦੋਂ ਤੁਸੀਂ ਇੰਡੀਆ ਤੋਂ ਆਉਂਦੇ ਜੇਣਾ ਤੇ ਤੁਹਾਡੇ ਕੋਲ ਲਾਇਸੈਂਸ ਹੈਗਾ ਭਾਵੇਂ ਛੋਟਾ ਵਾ ਤੇ ਭਾਵੇਂ ਵੱਡਾ ਵਾ ਪਰ ਮਤਲਬ ਕਾਰ ਦਾ ਵਾ ਜਾਂ ਟਰੱਕ ਦਾ ਵਾ ਉਹਨਾਂ ਆਪਦੇ ਜਿਹੜਾ ਡੀਟੀਓ ਹੈਗਾ ਨਾ ਉੱਥੋਂ ਤੁਸੀਂ ਵੈਰੀਫਿਕੇਸ਼ਨ ਜ਼ਰੂਰ ਕਰਵਾ ਕੇ ਲਿਆਓ ਵੀ ਸਾਡਾ ਲਾਇਸੈਂਸ ਇੱਥੇ ਬਣਿਆ ਤੇ ਇਹ ਲਾਇਸੈਂਸ オリジナル ਆ ਤੇ ਫਿਰ ਜਦੋਂ ਤੁਸੀਂ ਪੋਲੈਂਡ ਆ ਜਾਂਦੇ ਜੇ ਤੁਹਾਡਾ ਵੀਜ਼ਾ ਲੱਗ ਜਾਂਦਾ ਪੋਲੈਂਡ ਆ ਜਾਂਦੇ ਜੇ ਤੇ ਪੋਲੈਂਡ ਆ ਕੇ ਨਾ ਜਦੋਂ 184 ਦਿਨ ਕੇ 85 ਦਿਨਾਂ ਬਾਅਦ ਫਿਰ ਤੁਸੀਂ ਇੰਡੀਅਨ ਐਮਬੈਸੀ ਪੋਲੈਂਡ ਦੇ ਵਿੱਚੋਂ ਵੀ ਇੱਕ ਲੈਟਰ ਲੈਣੀ ਆ ਲਾਇਸੈਂਸ ਦੇ ਰਿਗਾਰਡਿੰਗ ਉਹਨਾਂ ਨੂੰ ਜਾ ਕੇ ਕਹੋਗੇ ਇਸ ਇਸ ਲੈਸੈਂਸ ਬਣਾਣਾ ਵਾ ਤੇ ਉਹ ਤੁਹਾਨੂੰ ਉਹਨਾਂ ਕੋਲ ਪਰਫਾਰਮਾ ਸਾਰਾ ਬਣਿਆ ਪਿਆ ਵਾ ਉਹ ਸਿਰਫ ਆਪਦਾ ਨਾਮ ਤੁਹਾਡਾ ਨਾਮ ਉੱਤੇ ਭਰ ਦੇਣੇ ਤੇ ਤੁਹਾਨੂੰ ਉਹ ਪ੍ਰਿੰਟ ਕੱਢ ਕੇ ਦੇ ਦੇਣ ਤੇ ਕੁਝ ਫੀਸ ਹੁੰਦੀ ਹੁੰਦੀ ਤੇ ਉਹ ਫੀਸ ਤੁਸੀਂ ਲੈ ਕੇ ਔਰ ਸੋਰੀ ਫੀਸ ਦੇ ਕੇ ਤੇ ਉਹ ਲੈ ਕੇ ਨਾ ਤੁਸੀਂ ਉੱਥੇ ਚਲੇ ਜਾਣਾ ਆਪਣਾ ਅ ਜਿੱਥੇ ਤੁਸੀਂ ਲਾਇਸੈਂਸ ਦੀ ਡੇਟ ਲੈਣੀ ਆ ਹੁਣ ਜਿਹੜਾ ਇੰਡੀਆ ਦਾ ਲਾਇਸੈਂਸ ਆਣਾ ਉਹ ਭਾਵੇਂ ਤੁਹਾਡਾ ਟਰੱਕ ਦਾ ਤੇ ਭਾਵੇਂ ਤੁਹਾਡਾ ਕਾਰ ਦਾ ਵਾ ਉਹ ਇੱਥੇ ਚੇਂਜ ਹੋਣਾ ਵਾ ਕੈਟਾਗਰੀ B ਦੇ ਵਿੱਚ ਤੇ ਉਹਦੇ ਲਈ ਤੁਹਾਨੂੰ ਸਿਰਫ ਤੇ ਸਿਰਫ ਕੰਪਿਊਟਰ ਦਾ ਟੈਸਟ ਪਾਸ ਕਰਨਾ ਜ਼ਰੂਰੀ ਆ ਪ੍ਰੈਕਟੀਕਲ ਜਾਂ ਗੱਡੀ ਚਲਾ ਕੇ ਵਿਖਾਉਣ ਦੀ ਜ਼ਰੂਰੀ ਨਹੀਂ ਜਦੋਂ ਤੁਸੀਂ ਆਪ ਦਾ ਲਾਇਸੈਂਸ ਸਾਰਾ ਡੀਟੀਓ ਤੋਂ ਕਰਵਾਤਾ ਆਪਣਾ ਐਮਬੈਸੀ ਤੋਂ ਕਰਵਾਤਾ ਤੇ ਤੁਹਾਡੇ 185 ਕੇ 86 ਦਿਨ ਪੂਰੇ ਹੋ ਗਏ ਤੇ ਜਾ ਕੇ ਜਦੋਂ ਤੁਸੀਂ ਲਾਇਸੈਂਸ ਇਹਨਾਂ ਦੇ ਡੀਟੀਓ ਦਫਤਰ ਜਾ ਕੇ ਔਰ ਜੋਨ ਚ ਜਾ ਕੇ ਲਾਇਸੈਂਸ ਆਫ ਦਾ ਦਿੱਤਾ ਤੇ ਉਹਨਾਂ ਤੁਹਾਨੂੰ ਡੇਟ ਦੇ ਦੇਣੀ ਇੱਕ ਇਗਜ਼ਾਮ ਦੀ ਜਾਂ ਤੁਸੀਂ ਆਨਲਾਈਨ ਵੀ ਲੈ ਸਕਦੇ ਜੇ ਇਗਜ਼ਾਮ ਦੀ ਡੇਟ ਤੇ ਉਹ ਤੁਸੀਂ ਡੇਟ ਲੈ ਕੇ ਜੇ ਤੁਹਾਡਾ ਟੈਸਟ ਹੁਣ ਤੁਹਾਡੇ ਤੇ ਆ ਤੁਸੀਂ ਇੱਕ ਵਾਰ ਚ ਪਾਸ ਕਰਦੇ ਜੇ ਦੋ ਵਾਰ ਚ ਪਾਸ ਕਰਦੇ ਜੇ ਜਿੰਨੇ ਵਾਰ ਚ ਵੀ ਚਲੋ ਪਾਸ ਕਰਦੇ ਜੇ ਪਹਿਲੀ ਵਾਰ ਚ ਜਦੋਂ ਪਾਸ ਹੋ ਜਾਂਦਾ ਵਾ ਉਸ ਤੋਂ ਬਾਅਦ ਦਸਾਂ ਕੇ ਦਿਨਾਂ ਬਾਅਦ 15 ਦਿਨਾਂ ਬਾਅਦ ਤੁਹਾਡਾ ਲਾਇਸੈਂਸ ਕੈਟਾਗਰੀ B ਦਾ ਲਾਇਸੈਂਸ ਬਣ ਕੇ ਤੁਹਾਡੇ ਘਰੇ ਤੁਹਾਡੇ ਐਡਰੈਸ ਤੇ ਆ ਜਾਂਦਾ ਵਾ ਤੇ ਇਹਦੇ ਲਈ ਤੁਹਾਨੂੰ ਪ੍ਰੈਕਟੀਕਲ ਟੈਸਟ ਦੇਣ ਦੀ ਲੋੜ ਨਹੀਂ ਹੈਗੀ ਹੁਣ ਤੁਹਾਡਾ ਨਾ ਜਦੋਂ ਕਾਰ ਦਾ ਲਾਇਸੈਂਸ ਬਣ ਜਾਂਦਾ ਵਾ ਉਸ ਤੋਂ ਬਾਅਦ ਬੰਨਾਂ ਦਾ ਟਰੱਕ ਦਾ ਲਾਇਸੈਂਸ ਤੇ ਜਿਹੜਾ ਹਾਂ ਜਿਹੜਾ ਤੁਹਾਡਾ ਇੰਡੀਆ ਲਾਇਸੈਂਸ ਚੇਂਜ ਹੁੰਦਾ ਨਾ ਉਹ ਇੰਡੀਆ ਦੇ ਲਾਇਸੈਂਸ ਦਾ ਨੰਬਰ ਤੁਹਾਡੇ ਪੋਲੈਂਡ ਦਾ ਜਿਹੜਾ ਲਾਇਸੈਂਸ ਬਣਿਆ ਹੁੰਦਾ ਉਸ ਨੰਬਰ ਤੇ ਲਿਖ ਦਿੰਦੇ ਨੇ ਤੇ ਹੁਣ ਉਸ ਤੋਂ ਬਾਅਦ ਤੁਸੀਂ ਟਰੱਕ ਦਾ ਲਾਇਸੈਂਸ ਬਣਾਉਣਾ ਤੇ ਜਾਂ ਬੱਸ ਦਾ ਲਾਇਸੈਂਸ ਬਣਾਉਣਾ ਵਾ ਫਿਰ ਉਵੇਂ ਹੀ ਪ੍ਰੋਸੀਜਰ ਇਹ ਸਾਰਾ ਇਹ ਮਾਪਾਂ ਵੀਡੀਓ ਪਹਿਲਾਂ ਬਣਾਈ ਹੋਈ ਹੈ ਆਪਾਂ ਬਾਰ-ਬਾਰ ਨਹੀਂ ਬਣਾਉਂਦੇ ਕਿਉਂਕਿ ਉਹਦੇ ਬਾਰੇ ਸਵਾਲ ਆਉਂਦੇ ਸੀ ਮੈਂ ਚੋ ਛੋਟੀ ਜਿਹੀ ਇੱਕ ਵੀਡੀਓ ਬਣਾ ਕੇ ਦੱਸ ਦਿੰਨੇ ਆ ਵੀ ਤੁਹਾਡਾ ਜਿਹੜਾ ਟਰੱਕ ਦਾ ਲਾਇਸੈਂਸ ਆ ਨਾ ਇੱਥੇ ਟਰੱਕ 'ਚ ਨਹੀਂ ਚੇਂਜ ਹੋਣਾ ਤੇ ਇੱਕ ਹੋਰ ਗੱਲ ਆ ਵੀ ਤੁਹਾਨੂੰ ਨਾ ਪਾਕਿਸਤਾਨ ਦਾ ਲਾਇਸੈਂਸ ਆ ਜਿਹੜਾ ਆਉਣ ਦੇ ਲਈ ਜਦੋਂ ਪਾਕਿਸਤਾਨ ਦੇ ਆਪਣੇ ਆਉਂਦੇ ਨੇ ਲੈਂਦੇ ਪੰਜਾਬ ਤੋਂ ਤੇ ਉਹ ਉਹਨਾਂ ਨੂੰ ਕੋਈ ਟੈਸਟ ਦੇਣਾ ਨਹੀਂ ਪੈਂਦਾ ਨਾ ਪ੍ਰੈਕਟੀਕਲ ਟੈਸਟ ਤੇ ਨਾ ਥੈਰੀਟিক্যাল ਟੈਸਟ ਉਹ ਆਪ ਦਾ ਪਾਕਿਸਤਾਨ ਦਾ ਲਾਇਸੈਂਸ ਦਿੰਦੇ ਜੋ ਵੀ ਵੈਰੀਫਾਈ ਵੈਰੀਫਾਈ ਹੁੰਦਾ ਜੋ ਵੀ ਡਾਕੂਮੈਂਟੇਸ਼ਨ ਹੁੰਦੀ ਉਹਨਾਂ ਦੀ ਤੇ ਉਹਨਾਂ ਨੂੰ ਲਾਇਸੈਂਸ ਕੈਟਾਗਰੀ ਬ ਤੇ ਇੱਕ ਹੋਰ ਵੀ ਤੁਹਾਨੂੰ ਇੱਥੇ ਆ ਕੇ ਨਾ ਜਦੋਂ ਜੇ ਤੁਸੀਂ ਐਜ਼ ਅ ਟਰੱਕ ਡਰਾਈਵਰ ਹੁੰਦੇ ਜੇ ਤੇ ਉੱਥੋਂ ਤੁਸੀਂ ਇੰਟਰਨੈਸ਼ਨਲ ਲਾਇਸੈਂਸ ਜਿਵੇਂ ਤੁਹਾਡੇ ਏਜੰਟ ਤੁਹਾਨੂੰ ਕਹਿੰਦੇ ਨੇ ਜਾਂ ਤੁਹਾਡੀਆਂ ਕੰਪਨੀਆਂ ਤੁਹਾਨੂੰ ਕਹਿੰਦੀਆਂ ਨੇ ਹਨਾ ਤੇ ਇੰਟਰਨੈਸ਼ਨਲ ਲਾਇਸੈਂਸ ਤੁਸੀਂ ਲੈ ਕੇ ਆ ਜਾਂਦੇ ਜੇ ਉਹ ਇੰਟਰਨੈਸ਼ਨਲ ਲਾਇਸੈਂਸ ਦੀ ਵੈਲਿਊ ਜਿੰਨੀ ਵੀ ਹੁੰਦੀ ਹੈ ਸਾਲ 2 ਸਾਲ ਜਿੰਨੀ ਵੀ ਹੁੰਦੀ ਵੈਲਿਊ ਚਲ ਆਪਾਂ ਇਹਦੇ ਚੰਨੀ ਪੈਂਦੇ ਜਿੰਨੀ ਵੀ ਉਹਦੀ ਵੈਲਿਊ ਹੁੰਦੀ ਉਹਨਾਂ ਚੈਰੀ ਚੱਲਦਾ ਵਾ ਤੇ ਉਸ ਤੋਂ ਬਾਅਦ ਤੁਹਾਨੂੰ ਇੱਥੇ ਲਾਇਸੈਂਸ ਪਾਸ ਕਰਨਾ ਪੈਣਾ ਟਰੱਕ ਦਾ ਲਾਇਸੈਂਸ ਪਹਿਲਾਂ ਟਰੱਕ ਦਾ ਲਾਇਸੈਂਸ ਪਾਸ ਹੋਊਗਾ ਉਸ ਤੋਂ ਬਾਅਦ ਤੇ ਆਪਣਾ ਅੰਡਰਾ ਡਰਾਈਵਰ ਕਾਰਡ ਉਹ ਭਾਵੇਂ ਤੁਸੀਂ ਲਾਇਸੈਂਸ ਤੋਂ ਪਹਿਲਾਂ ਪਾਸ ਕਰ ਲੋ ਤੇ ਭਾਵੇਂ ਆਪਣਾ ਬਾਅਦ ਚ ਪਾਸ ਕਰ ਲੋ 95 ਕੋਡ ਇਹ ਤੁਹਾਨੂੰ ਯਾਨੀ ਕਿ ਇੱਥੇ ਆ ਕੇ ਕਰਨੇ ਪੈਣਾ ਇਹਦਾ ਇੱਕ ਇਹ ਫਾਇਦਾ ਵੀ ਜਦੋਂ ਤੁਸੀਂ ਇੰਟਰਨੈਸ਼ਨਲ ਲਾਇਸੈਂਸ ਲੈ ਕੇ ਆਂਦੇ ਜੇ ਨਾ ਟਰੱਕ ਦਾ ਤੇ ਚਲੋ ਤੁਹਾਨੂੰ ਇੱਥੇ ਆਂਦਿਆਂ ਨਾਲ ਖੱਜਲ ਨਹੀਂ ਹੋਣਾ ਪੈਂਦਾ ਤੁਹਾਡਾ ਕੰਮ ਵਧੀਆ ਚੱਲ ਪੈਂਦਾ ਵਾ ਟਰੱਕ ਦੇ ਡਰਾਈਵਰ ਦਾ ਜਾਂ ਬੱਸ ਡਰਾਈਵਰ ਦਾ ਜੋ ਵੀ ਜਿਹੜੀ ਵੀ ਜੌਬ 'ਚ ਤੁਸੀਂ ਆਉਂਦੇ ਜੇ ਤੇ ਉਹ ਤੁਹਾਡਾ ਕੰਮ ਚੱਲ ਪੈਂਦਾ ਵਾ ਪਰ ਇੱਕ ਗੱਲ ਇਹ ਦਿਮਾਗ 'ਚ ਰੱਖਣੀ ਹੈ ਵੀ ਲਾਇਸੈਂਸ ਵੀ ਤੁਹਾਨੂੰ ਕਰਨਾ ਹੀ ਪੈਣਾ ਵਾ ਯੂਰਪ ਦਾ ਉਹ ਤੁਸੀਂ ਭਾਵੇਂ ਟਰਾਂਸਲੇਟਰ ਨਾਲ ਲੈ ਕੇ ਜਾ ਕੇ ਕਰੋ ਤੇ ਭਾਵੇਂ ਇਹਨਾਂ ਦੀ ਲੈਂਗੁਏਜ ਸਿੱਖ ਕੇ ਕਰੋ ਤੇ ਉਹਦਾ ਪਲੱਸ ਪੁਆਇੰਟ ਹੈਗਾ ਵਾ ਪਰ ਉਹ ਪੀਆਰ ਨਹੀਂ ਹੈਗੀ ਅ ਠੀਕ ਹੈ ਨਾ ਵੀ ਤੁਹਾਡੇ ਕੋਲ ਸਾਂਸ ਹੈਗਾ ਤਾਂ ਉਹਦਾ ਪਲੱਸ ਪੁਆਇੰਟ ਆ ਤੇ ਇਸੇ ਤਰ੍ਹਾਂ ਜਿਹੜੇ ਆਪਣੇ ਭਰਾ ਆਉਂਦੇ ਨੇ ਅਰਬ ਕੰਟਰੀਆਂ ਤੋਂ ਉਹ ਨਾਲ ਬੇਟਾ ਵੀ ਕੁਝ ਕੰਟਰੀਆਂ ਤਾਂ ਇਹੋ ਜਿਹਿਆਂ ਨੇ ਜਿਹੜਾ ਤੁਹਾਨੂੰ ਸੀਈ ਦਾ ਲਾਇਸੈਂਸ ਬਣਾ ਕੇ ਯਾਨੀ ਕੋਈ ਲਿਖ ਕੇ ਦੇ ਦਿੰਦੀਆਂ ਵੀ ਸੀਈ ਦੇ ਵਿੱਚ ਇਹ ਡਰਾਈਵਰ ਹੈਗਾ ਤੇ ਚਲੋ ਇੱਥੇ ਆ ਕੇ ਤੁਹਾਡਾ ਇੰਟਰਨੈਸ਼ਨਲ ਲਾਇਸੈਂਸ ਜਿਹੜਾ ਚੱਲ ਜਾਂਦਾ ਵਾ ਤੇ ਕਈ ਕੰਟਰੀਆਂ ਦੇ ਵਿੱਚ ਨਾ ਤੁਹਾਨੂੰ ਟਰੱਕ ਦਾ ਲਾਇਸੈਂਸ ਵੀ ਮਿਲ ਜਾਂਦਾ ਐਡੀ ਗੱਲ ਨਹੀਂ ਹੈਗੀ ਮੈਂ ਪੁਰਤਗਾਲ ਦੇ ਵਿੱਚ ਮੈਂ ਸ਼ੋਰ ਨਹੀਂ ਹੈਗਾ ਪਰ ਇਤਨਾ ਵੀ ਪੁਰਤਗਾਲ ਜੇ ਤੁਸੀਂ ਤੁਹਾਡੇ ਕੋਲ ਲਾਇਸੈਂਸ ਹੈਗਾ ਨਾ ਦੁਬਈ ਦਾ ਜਾਂ ਅਰਬ ਕੰਟਰੀਆਂ ਦਾ ਟਰੱਕ ਦਾ ਇੰਟਰਾਲੇ ਦਾ ਤੇ ਉਹ ਤੁਹਾਡਾ ਟਰੱਕ ਦੇ ਵਿੱਚ ਵੀ ਚੇਂਜ ਕਰ ਦਿੰਦੇ ਪਰ ਮੈਂ ਸ਼ੋਰ ਨਹੀਂ ਹੈਗਾ ਇਹਦੇ ਬਾਰੇ ਪਰ ਪੋਲੈਂਡ ਵਿੱਚ ਨਹੀਂ ਕਰਦੇ ਫੋਨਾਂ ਤੇ ਤੁਹਾਡਾ ਬੀ ਕੰਮਦਾ ਬੀ ਤੋਂ ਬਾਅਦ ਜੇ ਤੁਸੀਂ ਸੀ ਬਣਾਉਣਾ ਜਾਂ ਟਰੱਕ ਦਾ ਜਾਂ ਟਰਾਲੇ ਦਾ ਬੱਸ ਦਾ ਫਿਰ ਤੁਹਾਨੂੰ ਉੱਥੇ ਹੀ ਪਾਸ ਕਰਨਾ ਪੈਣਾ ਵਾ ਤੇ ਪਾਕਿਸਤਾਨ ਦੇ ਲਾਇਸੈਂਸ ਦੀ ਆਪਾਂ ਤੁਹਾਨੂੰ ਗੱਲ ਕਰ ਦਿੱਤੀ ਤੇ ਇੱਕ ਛੋਟਾ ਜਿਹਾ ਸਵਾਲ ਸੀ ਇੱਕ ਆਪਣੇ ਪੁੱਛਿਆ ਸੀ ਬਾਈ ਨੇ ਜੀ ਮੈਂ ਨਾਰਵੇ ਚ ਆ ਕੇ ਤੇ ਸਟੇ ਅਪਲਾਈ ਕਰ ਸਕਦਾ ਭਾਈ ਵੈਸੇ ਤਾਂ 101% ਹੈ ਵੀ ਤੁਹਾਨੂੰ ਸਟੇਸ ਤੋਂ ਕਿਸੇ ਨੇ ਨਹੀਂ ਦੇਣੀ ਹੈਗੀ ਤੇ ਐਵੇਂ ਖੱਜਲਣਾ ਆਇਆ ਜੇ ਕਿਸੇ ਦੇ ਕਾਹਚ ਲਾ ਕੇ ਇੱਥੇ ਆਇਆ ਜੇ ਵੀ ਨਾ ਤੇ ਬਾਕੀ ਮਿਹਰ ਦਾ ਬਾਕੀ ਤੁਸੀਂ ਆਪ ਦਾ ਜੇ ਲੱਕ ਟਰਾਈ ਕਰਨਾ ਤੇ ਕਰਕੇ ਵੇਖ ਸਕਦੇ ਜੇ ਤੇ ਨਾਰਵੇ ਕੋਈ ਸਟੇਟਸ ਟੂ ਨਹੀਂ ਜੀ ਦਿੰਦਾ ਹੈਗਾ ਆਪਾਂ ਨੂੰ ਤੇ ਐਵੇਂ ਕਿਸੇ ਦੇ ਮਗਰ ਲਾ ਕੇ ਪੂਛਣਾ ਆਪਦੀ ਤੜਾਲਿਆ ਜੇ ਤੇ ਜਿੱਥੇ ਵੀ ਹੈਗਾ ਜੇ ਆਪ ਦਾ ਵਧੀਆ ਬੈਠੇ ਰਹੋ ਕੰਮ ਕਰਦੇ ਰਹੋ ਯੂਰਪ ਚ ਜਾਏ ਜੇ ਲਾਇਸੈਂਸ ਲੈ ਕੇ ਜਾਓ ਤੇ ਜਿਵੇਂ ਵੀ ਇੰਟਰਨੈਸ਼ਨਲ ਲਾਇਸੈਂਸ ਤੁਹਾਡਾ ਬਣੇਗਾ ਪਰ ਉਸ ਤੋਂ ਬਾਅਦ ਤੁਹਾਨੂੰ ਆਪ ਦਾ ਲਾਇਸੈਂਸ ਇੱਥੇ ਬਣਾਉਣਾ ਹੀ ਪੈਣਾ ਮੈਂ ਯੂਰਪ ਦਾ ਲਾਇਸੈਂਸ ਤੇ ਇੰਨੀ ਕੁ ਵੀ ਇਨਫੋਰਮੇਸ਼ਨ ਸੀ ਅੱਜ ਦੀ ਤੇ ਠੰਡ ਵਾਵਾ ਹੋ ਗਈ ਹੈ ਤੇ ਬ੍ਰੇਕਾਂ ਦਾ ਟਾਈਮ ਵੀ ਆਪਣਾ ਖਤਮ ਹੋ ਗਿਆ। ਕਿਸੇ ਦਿਨ ਆਪਾਂ ਵੀਡੀਓ ਬਣਾਵਾਂਗੇ ਵੀ ਰੁਟੀਨ ਮੇਰੀ ਕੀ ਆ। ਵੀ ਸਵੇਰੇ ਆਪਾਂ ਕੰਮ ਸ਼ੁਰੂ ਕਿਵੇਂ ਕਰਨਾ ਤੇ ਕਰਨਾ ਜਵੇਂ ਆ ਤੇ ਖਤਮ ਕਰਕੇ ਕਿੰਨਾ ਕੁ ਟਾਈਮ ਆਪਾਂ ਲਾ ਕੇ ਘਰੇ ਚਲੇ ਜਾਣਾ ਵਾ। ਠੀਕ ਹੈ ਜੀ ਤੇ ਬ੍ਰੇਕਾਂ ਹੋ ਗਈਆਂ ਖਤਮ ਤੇ ਫਿਰ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਤੇ ਤੁਸੀਂ ਚਾਨੋ ਨੂੰ ਸਬਸਕ੍ਰਾਈਬ ਜਰੂਰ ਕਰੋ, ਸ਼ੇਅਰ ਕਰੋ। ਇਨਫਾਰਮੇਸ਼ਨ ਤੁਹਾਨੂੰ ਚੰਗੀ ਲੱਗਦੀ ਤੇ ਜਰੂਰ ਸ਼ੇਅਰ ਕਰਿਆ ਕਰੋ। ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।